ਹੁਣ ਤੁਹਾਡੇ ਸਾਹਮਣੇ ਇੰਤਹਾਈ ਵਾਜਬ ਇਤਰਾਮ ਬਰਾਦਰ ਮੁਹਤਰਮ ਜ਼ਾਕਿਰ ਜਨਾਬ ਗੌਰ ਅਬਾਸ ਸਾਹਿਬ ਜੰਗ, ਇਹਨਾਂ ਤੋਂ ਬਾਅਦ ਜ਼ਾਕਿਰ ਜਨਾਬ ਹਸਨੈਨ ਜਾਫਰੀ ਕਰੋੜ ਮਜਲਿਸ ਆਜ਼ਾਦ ਦੀ ਕਬੂਲੀਅਤ ਵਾਸਤੇ ਸਾਰੇ ਬਾਬਾ ਵਾਜਬ ਬੁਲੰਦ ਸਲਾਵਾਤ। ਪੜੋ ਸਲਵਾਤ ਮੁਹੰਮਦ ਵਾਲੇ ਮੁਹੰਮਦ ਤੇ ਬੁਲੰਦ। ਇਜਾਜ਼ਤ ਹੈ ਜੀ, ਨੌਕਰੀ ਪਾਕ ਸ਼ੁਰੂ ਕਰੀ। ਅਊਜ਼ ਬਿੱਲਾਹ ਮਿਨ ਸ਼ੈਤਾਨ ਲਈਨ ਰਜੀਮ, ਬਿਸਮਿਲ੍ਲਾਹ ਰਹਿਮਾਨ ਰਹੀਮ। ਰੱਬੇ ਸ਼ਰਾਹਲੀ ਸਦਰੀ ਵਯਸਰਲੀ ਅਮਰੀ ਵਹਲਲੁਕਦਤਮ ਮਿਨ ਲਿਸਾਨੀ ਯਫਕਹੂ ਕੌਲੀ। ਖੁਦਾ ਤੁਮੇ ਨਾ ਬਖਸ਼ੇਗਾ ਐਸਾ ਕੀਏ ਬਗੈਰ, ਤਵਜੋ ਫਰਮਾਇਓ। ਖੁਦਾ ਤੁਮੇ ਨਾ ਬਖਸ਼ੇਗਾ ਐਸਾ ਕੀਏ ਬਗੈਰ, ਖੁਦਾ ਤੁਮੇ ਨਾ ਬਖਸ਼ੇਗਾ ਐਸਾ ਕੀਏ ਬਗੈਰ, ਜੋ ਮਰ ਗਏ ਹੁਸੈਨ ਪਰ ਗਿਰਿਆ ਕੀਏ ਬਗੈਰ, ਤਵਜੋ ਫਰਮਾਇਓ। ਜੋ ਮਰ ਗਏ ਹੁਸੈਨ ਪਰ ਗਿਰਿਆ ਕੀਏ ਬਗੈਰ, ਪਾਣੀ ਕਾ ਇੱਕ ਕਤਰਾ ਵੀ ਪੀਣਾ ਹਰਾਮ ਹੈ, ਜ਼ਾਰਾ ਕੇ ਦੁਸ਼ਮਨ ਪਰ ਤਬਰਾ ਕੀਏ ਬਗੈਰ। ਇਤਨਾ ਖੂਬਸੂਰਤ ਸੁਣਿਆ ਜਨਾਬ, ਮੈਂ ਚਾਰ ਮਿਸਰੇ ਜਨਾਬ ਅਬਾਸ ਤੇ ਬਣਨਾ ਚਾਹੁੰਦਾ। ਮੈਂ ਕਹਿ ਰਿਹਾ ਹੂੰ, ਜਲਾਲੇ ਹੈਦਰੇ ਕਰਾਰ ਕਾ ਕਾਸ ਬੈਠਾ ਹੈ, ਜਲਾਲੇ ਹੈਦਰੇ ਕਰਾਰ ਕਾ ਕਾਸ ਬੈਠਾ ਹੈ, ਜਲਾਲੇ ਹੈਦਰੇ ਕਰਾਰ ਕਾ ਕਾਸ ਬੈਠਾ ਹੈ, ਜਿਸੇ ਸਭ ਕਹਤੇ ਹੈ ਅਹਲੇ ਹਰਮ ਕੀ ਆਸ ਬੈਠਾ ਹੈ, ਮੁਨਾਫਿਕ ਡਰ ਕਾ ਮਾਰਾ ਇਸ ਫਰਸ਼ ਦਾ ਪੇ ਨਹੀਂ ਆਤਾ, ਉਸੇ ਮਲੂਮ ਹੈ ਇਸ ਫਰਸ਼ ਪੇ ਅਬਾਸ ਬੈਠਾ। ਬੜੀ ਮਿਹਰਬਾਨੀ ਜਨਾਬ ਦੀ, ਬੜੀ ਮਿਹਰਬਾਨੀ। ਮੁਨਾਫਿਕ ਡਰ ਕਾ ਮਾਰਾ ਇਸ ਫਰਸ਼ ਅਜ਼ਾ ਪੇ ਨਹੀਂ ਆਤਾ, ਉਸੇ ਮਾਲੂਮ ਹੈ ਇਸ ਫਰਸ਼ ਪੇ ਅਬਾਸ ਬੈਠਾ। ਮੈਂ ਕਹਿ ਰਹਾ ਹੂੰ, ਦੋ ਪਰਵਰਦਿਗਾਰੀ ਜ਼ਰਫੋਂ ਕਾ ਆਕਾਸ ਲਿਆ, ਦੋ ਪਰਵਰਦਿਗਾਰੀ ਜ਼ਰਫੋਂ ਕਾ ਆਕਾਸ ਲਿਆ, ਦੋ ਕੀ ਕਮੀ ਮੇ ਏਕ ਕਾ ਅਹਿਸਾਸ ਲਿਆ, ਲੋਹੇ ਅਮਰ ਪੇ ਲਿਖੇ ਤੇ ਦਾਰਾ ਕੇ ਦੋ ਮਿਸਾਲ, ਦੋਨੋ ਨਬੀ ਕੋ ਦੀਏ ਏਕ ਅਬਾਸ ਲਿਆ, ਦੋਨੋ ਨਬੀ ਕੋ ਦੀਏ ਏਕ ਅਬਾਸ ਲਿਆ। ਹੱਥ ਉੱਚੇ ਨਾਰਾ ਹੈ ਹੈਦਰੀ, ਮੇਰੀ ਜ਼ਮੀਰ ਕੀ ਛੱਤ ਪੇ ਹੈ ਪਰਚਮ ਅਬਾਸ ਕਾ, ਮੇਰੀ ਜ਼ਮੀਰ ਕੀ ਛੱਤ ਪੇ ਹੈ ਪਰਚਮ ਅਬਾਸ ਕਾ, ਇਸੀ ਯਕੀਨ ਨੇ ਮੁਝੇ ਡਰਨੇ ਸੇ ਰੋਕ ਰਖਾ ਹੈ, ਮੈਂ ਜੋ ਕਫਨ ਕਰਬਲ ਸੇ ਖਰੀਦ ਲਾਇਆ, ਇਸੀ ਕਫਨ ਨੇ ਮੁਝੇ ਮਰਨੇ ਸੇ ਰੋਕ, ਇਸੀ ਕਫਨ ਨੇ ਮੁਝੇ ਮਰਨੇ ਸੇ ਰੋਕ ਰਖਾ। ਮੇਰੇ ਹਯਾਤ ਮੇ ਹਰ ਵਕਤ ਚੈਨ ਰਹਿਤਾ ਹੈ, ਮੇਰੀ ਹਯਾਤ ਮੇ ਹਰ ਵਕਤ ਚੈਨ ਰਹਿਤਾ ਹੈ, ਮੈਂ ਦੀਨ ਇਸ਼ਕ ਪੇ ਹੂੰ ਮੇਰੇ ਪੇ ਦੈਨ ਰਹਿਤਾ ਹੈ, ਜਦੀਦ ਮੁਝਸੇ ਬਯਾ ਤਲਬ ਨਹੀਂ ਕਰੇਗਾ, ਉਸੇ ਮਲੂਮ ਹੈ ਮੁਝ ਮੇ ਹੁਸੈਨ ਰਹਿਤਾ। ਹੱਥ ਉੱਚੇ ਨਾਰਾ ਹੈ ਹੈਦਰੀ ਯਾਰ, ਉਸੇ ਮਲੂਮ ਹੈ ਮੁਝ ਮੇ ਹੁਸੈਨ ਰਹਿਤਾ ਹੈ। ਹੁਸੈਨ ਬਾਦਸ਼ਾਹ ਦੇ ਚਾਰ ਮਿਸਰੇ ਬਹਿ ਪੜਨਾ ਚਾਹੁੰਦਾ। ਮੈਂ ਕਹਿ ਰਹਾ ਹੂੰ, ਵੋ ਜਿਸ ਕੇ ਹੋਣੇ ਸੇ ਵਹਾਦਤ ਕੋ ਚੈਨ ਹੋ, ਵੋ ਜਿਸ ਕੇ ਹੋਣੇ ਸੇ ਵਹਾਦਤ ਕੋ ਚੈਨ ਹੋ, ਤੋ ਵੋ ਕਮ ਸੇ ਕਮ ਸ਼ਾਹ ਮਸ਼ਰੇ ਕਹਿਨ ਹੋਤਾ ਹੈ, ਜੇ ਮੇਰੇ ਅਕੀਦੇ ਕੇ ਕੁਰਾਨ ਮੇ ਲਿਖਾ ਹੈ, ਹੁਸੈਨ ਬਨਤਾ ਨਹੀਂ ਹੁਸੈਨ ਹੋਤਾ ਹੈ, ਹੁਸੈਨ ਬਨਤਾ ਨਹੀਂ ਹੁਸੈਨ ਹੋਤਾ। ਆਖਰੀ ਚਾਰ ਮਿਸਰੇ ਜ਼ਾਤ ਬਾਕੀ ਮੁਲਾਕਾਤ ਬਾਕੀ। ਮੈਂ ਕਹਿ ਰਹਾ ਹੂੰ, ਇਨਸਾਨੀਅਤ ਕਾ ਇਲਮ ਜਹਾਂ ਪੇ ਬਸ ਹੋ ਕੇ ਬਸ ਕਰ ਜਾਏ, ਇਨਸਾਨੀਅਤ ਕਾ ਇਲਮ ਜਹਾਂ ਪੇ ਬਸ ਹੋ ਕੇ ਬਸ ਕਰ ਜਾਏ, ਉਸੀ ਜਗ੍ਹਾ ਕੋ ਹਮ ਨੁਕਤਾ ਇਸ਼ਕ ਕੇ ਆਗਾਜ਼ ਕਹਤੇ ਹੈ, ਮਵੱਦਤ ਕੀ ਫਿਜ਼ਾਓ ਮੇ ਵਲੀ ਪਰਵਾਜ਼ ਕਰਤੇ ਹੈ, ਮਵੱਦਤ ਕੀ ਫਿਜ਼ਾਓ ਮੇ ਵਲੀ ਪਰਵਾਜ਼ ਕਰਤੇ ਹੈ, ਜਿਸੇ ਹੈਦਰ ਨਾ ਝੁਕਨੇ ਦੇ ਉਸੇ ਸ਼ਹਬਾਜ਼ ਕਹਤੇ ਹੈ। ਬੋਲੋ ਬੋਲੋ ਸਖੀ ਸ਼ਹਬਾਜ਼ ਕਲੰਦਰ ਆਓ ਮਾਸ ਮਾਸ ਮਾਸ।